ਪਿਆਰਿਓ, ਮਾਂ ਨੇ ਆਪਣੇ ਬੱਚੇ ਨੂੰ ਬਾਬੇ ਫਰੀਦ ਨੂੰ ਬੰਦਗੀ ਦੇ ਵਿੱਚ ਲਾਇਆ ਤੇ ਲਾਇਆ ਕਿਸ ਤਰੀਕੇ ਦੇ ਨਾਲ? ਗੁਰੂ ਪਿਆਰਿਓ ਕਹਿੰਦੇ ਰੋਜ਼, ਕਹਿੰਦੇ ਬੇਟਾ ਤੂੰ ਨਾਮ ਜਪਿਆ ਕਰ, ਅੱਲਾ ਵਾਹਿਗੁਰੂ ਦਾ, ਖੁਦਾ ਨੂੰ ਯਾਦ ਕਰਿਆ ਕਰ, ਉਹਦੀ ਬੰਦਗੀ ਕਰਿਆ ਕਰ, ਤੋ ਉਹਦੀ ਨਮਾਜ਼ ਪੜ੍ਹਿਆ ਕਰ। ਤੇ ਛੋਟੀ ਉਮਰ 'ਚ ਬੱਚੇ, ਬਾਬਾ ਫਰੀਦ ਜੀ, ਬੱਚੇ ਦੀ ਅਵਸਥਾ ਹੈ, ਕਹਿੰਦੇ ਮਾਂ ਜੇ ਕਹਿੰਦੇ ਅੱਲਾ ਤਾਲਾ ਨੂੰ ਯਾਦ ਕਰੀਏ ਫਿਰ ਕਹਿੰਦੇ ਅੱਲਾ ਕੀ ਦਿੰਦਾ ਕਹਿੰਦੇ? ਤੇ ਬਾਬੇ ਫਰੀਦ ਦੀ ਮਾਂ ਕਹਿੰਦੀ ਕਿ ਬੇਟਾ ਜਿਹੜਾ ਅੱਲਾ ਵਾਹਿਗੁਰੂ ਹੈ ਨਾ, ਅੱਲਾ ਤਾਲਾ, ਕਹਿੰਦੇ ਜੇ ਤੂੰ ਉਹਦਾ ਨਾਮ ਜਪੇਗਾ ਨਾ ਤੇ ਉਹ ਮਿੱਠੀਆਂ ਵਸਤੂਆਂ ਖਾਣ ਨੂੰ ਦਿੰਦਾ। ਤੇ ਕਹਿੰਦੇ ਰੋਜ਼ ਆਪਣੇ ਬੱਚੇ ਨੂੰ ਭਗਤੀ ਦੇ ਵਿੱਚ ਲਾਤਾ, ਰੋਜ਼ ਮਸੱਲਾ ਜਿਹੜਾ ਵਿਸਾ ਕੇ, ਕੱਪੜਾ ਵਿਛਾ ਕੇ ਉੱਤੇ ਬਹਿਣਾ। ਅਸੀਂ ਵੀ ਬਹਿੰਦੇ ਹਾਂ ਗੁਰੂ ਪਿਆਰੇ, ਜਦੋਂ ਪਾਠ ਕਰਨਾ ਹੋਵੇ ਨਾ ਸਾਫ਼ ਸੁਥਰਾ ਕੱਪੜਾ, ਕੋਈ ਬਸਤਰ ਥੱਲੇ ਵਿਛਾ ਕੇ, ਚਾਦਰ, ਕੋਈ ਦਰੀ। ਹੁਣ ਵੀ ਆਪਾਂ ਸਤਿਗੁਰਾਂ ਦਾ ਪਾਵਨ ਸਰੂਪ ਆਉਂਦਾ, ਬੜੇ ਪਿਆਰ ਸਤਿਕਾਰ ਦੇ ਨਾਲ ਅਸੀਂ ਵਿਛਾਈ ਕਰਦੇ ਹਾਂ। ਤੇ ਜੇ ਇਕੱਲੇ ਨੇ ਵੀ ਆਪਾਂ ਬਾਣੀ ਪੜ੍ਹਨੀ ਹੈ ਨਾ ਥੱਲੇ ਗੁਰੂ ਪਿਆਰੇ, ਵਧੀਆ ਕੋਈ ਕੱਪੜਾ, ਕੋਈ ਚਾਦਰ ਵਿਛਾਉਣੀ ਚਾਹੀਦੀ। ਤੇ ਬਾਬੇ ਫਰੀਦ ਦੀ ਮਾਂ ਰੋਜ਼ ਕੱਪੜਾ ਮਸੱਲਾ ਵਿਸਾ ਕੇ ਉੱਤੇ ਬਿਠਾ ਦੇਣਾ, ਥੱਲੇ ਸ਼ੱਕਰ ਧਰ ਦੇਣੀ, ਤੇ ਜਦੋਂ ਉੱਠਣਾ ਤੇ ਉਹ ਸ਼ੱਕਰ ਗੁਰੂ ਪਿਆਰੇ ਉਹ ਛਕਣੀ ਤੇ ਬੜਾ ਖੁਸ਼ ਹੋਣਾ। ਇਸ ਤਰੀਕੇ ਦੇ ਨਾਲ ਬਾਬੇ ਫਰੀਦ ਦੀ ਮਾਂ ਨੇ ਰੋਜ਼ ਸ਼ੱਕਰ ਧਰ ਦੇਣੀ, ਰੋਜ਼ ਅੱਲਾ ਤਾਲਾ ਨੂੰ ਯਾਦ ਕਰਨਾ, ਉਹਦੀ ਬੰਦਗੀ ਕਰਨੀ। ਅਸੀਂ ਵੀ ਗੁਰੂ ਪਿਆਰੇ ਦੇ ਯਤਨ ਕਰਨਾ ਚਾਹੀਦਾ। ਅੱਜ ਦੀਆਂ ਮਾਤਾਵਾਂ ਜਿਹੜੀਆਂ ਨੇ, ਅੱਜ ਅਸੀਂ ਇਸ ਚੀਜ਼ ਤੋਂ ਬੜੀ ਦੂਰ ਜਾ ਰਹੇ ਹਾਂ, ਸਿੱਖੀ ਤੋਂ ਬੜੀ ਦੂਰ ਜਾ ਰਹੇ ਹਾਂ, ਆਪਣੇ ਬੱਚੇ ਬੜੇ ਸਿੱਖੀ ਇਤਿਹਾਸ ਵਿਰਸੇ ਤੋਂ ਬੜੀ ਦੂਰ ਜਾ ਰਹੇ ਨੇ। ਛੋਟੇ ਛੋਟੇ ਬੱਚੇ ਪਹਿਲਾਂ ਗੁਰੂ ਪਿਆਰੇ ਗੁਰੂ ਘਰ ਜਾਂਦੇ ਹੁੰਦੇ ਸੀ, ਅੱਜ ਬੱਚੇ ਜਿਹੜੇ ਨੇ ਗੁਰੂ ਘਰ ਜਾਂਦੇ ਹੀ ਨਹੀਂ, ਕਿਉਂਕਿ ਮੋਬਾਈਲ ਆ ਗਏ, ਮੋਬਾਈਲਾਂ ਦੇ ਵਿੱਚ ਸਾਰਾ ਦਿਨ ਮਸਤ ਰਹਿੰਦੇ ਨੇ। ਸਕੂਲ ਚਲੇ ਜਾਣਗੇ, ਉਸ ਤੋਂ ਬਾਅਦ ਆ ਕੇ ਮੋਬਾਈਲ ਚਲਾਉਣਗੇ ਜਾਂ ਖੇਡਣ ਦੇ ਵਿੱਚ ਮਸਤ ਹੋ ਜਾਂਦੇ ਨੇ। ਅਤੇ ਬੱਚਿਆਂ ਨੂੰ ਕੀ ਭੇਜਣਾ ਗੁਰੂ ਪਿਆਰੇ, ਅਸੀਂ ਆਪ ਨਹੀਂ ਗੁਰੂ ਘਰ ਜਾਂਦੇ। ਅਸੀਂ ਪਹਿਲਾਂ ਆਪ ਜਾਈਏ ਗੁਰੂ ਘਰ, ਗੁਰੂ ਪਿਆਰੇ ਹੋ, ਜੇ ਅਸੀਂ ਗੁਰੂ ਦੇ ਦੁਆਰੇ 'ਤੇ ਜਾਵਾਂਗੇ, ਗੁਰੂ ਘਰ ਜਾਵਾਂਗੇ, ਸਾਨੂੰ ਆਪ ਨੂੰ ਪਤਾ ਹੋਵੇਗਾ, ਸਾਨੂੰ ਆਪ ਨੂੰ ਸੋਝੀ ਹੋਵੇਗੀ, ਅਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਗੁਰੂ ਪਿਆਰੇ ਭਗਤੀ ਦੇ ਰਾਹ ਵੱਲ ਲਾਵਾਂਗੇ। ਸਾਨੂੰ ਪਹਿਲਾਂ ਆਪ ਜਾਣਾ ਚਾਹੀਦਾ ਗੁਰੂ ਪਿਆਰੇ, ਰੋਜ਼ਾਨਾ ਜਾਇਆ ਕਰੋ ਜ਼ਰੂਰ ਗੁਰੂ ਘਰ। ਅੱਗੇ ਵੀ ਅਸੀਂ ਬੇਨਤੀ ਕਰਦੇ ਹਾਂ, ਜੇ ਦੋ ਟਾਈਮ ਨਹੀਂ ਨਾ ਜਾ ਸਕਦੇ ਤਾਂ ਇੱਕ ਟਾਈਮ ਦਾ ਨੇਮ ਜ਼ਰੂਰ ਬਣਾ ਲਓ ਕਿ ਰੋਜ਼ਾਨਾ ਜਾਣਾ ਹੀ ਜਾਣਾ ਹੈ, ਮਹਾਰਾਜ ਦੇ ਚਰਣਾਂ ਦੇ ਵਿੱਚ ਹਾਜ਼ਰੀ ਭਰਨੀ ਹੀ ਭਰਨੀ ਹੈ। ਮੀਂਹ ਆਵੇ, ਹਨੇਰੀ ਆਵੇ, ਕੁਝ ਵੀ ਹੋਵੇ, ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰੂ ਪੈ ਜਾਈ। ਇਹ ਤਾਂ ਬਾਅਦ ਦੀਆਂ ਗੱਲਾਂ ਨੇ, ਹੁਣ ਤਾਂ ਗੁਰੂ ਪਿਆਰਿਆ ਕੋਈ ਐਸੀ ਕੋਈ ਦਿੱਕਤ ਨਹੀਂ, ਕਦੇ ਕੀ ਕਹਿਣਾ ਕੋਈ ਮੀਂਹ ਹਨੇਰੀ ਆ ਜਾਵੇ ਤਾਂ ਵੱਖਰੀ ਗੱਲ ਹੈ। ਅਤੇ ਹਰ ਇੱਕ ਗੁਰਸਿੱਖ ਨੂੰ ਗੁਰੂ ਘਰ ਆਪਣੇ ਨੇੜੇ ਨੇੜੇ ਗੁਰੂ ਘਰ ਬਣੇ ਹੋਏ ਨੇ ਸਾਰਿਆਂ ਦੇ, ਕਿਤੇ ਦੂਰ ਵੀ ਨਹੀਂ ਜਾਣਾ ਆਪਾਂ, ਇਹ ਬਾਹਲੀ ਦੂਰ ਤੁਰ ਕੇ ਜਾਣਾ ਪੈ ਜੇ। ਰੋ ਵਿਚਾਰ ਗੁਰੂ ਪਿਆਰ, ਬਾਬੇ ਫਰੀਦ ਦੀ ਮਾਤਾ ਰੋਜ਼ ਬੰਦਗੀ ਦੇ ਵਿੱਚ, ਰੋਜ਼ ਆਪਣੇ ਪੁੱਤਰ ਨੂੰ ਨਾਮ ਜਪਣ ਦੇ ਵਿੱਚ ਲਾਤਾ। ਇੱਕ ਦਿਨ ਕੀ ਹੋਇਆ, ਕਹਿੰਦੇ ਕਿਤੇ ਬਾਜ਼ਾਰ ਕਿਤੇ ਕੰਮ ਚਲੀ ਗਈ ਅਤੇ ਸ਼ੱਕਰ ਧਰਨੀ ਜਿਹੜੀ ਭੁੱਲ ਗਈ, ਅਤੇ ਜਦੋਂ ਕਿਤੇ ਗਈ ਨਾ ਗੁਰੂ ਪਿਆਰੋ, ਰਸਤੇ 'ਚ ਕਿਤੇ ਯਾਦ ਆਇਆ ਕਿ ਮਨਾ ਕਿ ਮੇਰੇ ਪੁੱਤਰ ਨੂੰ ਮੈਂ ਸ਼ੱਕਰ ਜਿਹੜੀ ਸੀ ਉਹ ਅੱਗੇ ਧਰਦੀ ਸੀ ਮਸੱਲੇ ਦੇ ਤਲੇ,
ਉਹ ਅੱਜ ਰਹਿ ਗਈ ਅਤੇ ਜੇ ਉਹਨੂੰ ਫਰੀਦ ਨੂੰ ਨਾ ਮਿਲੀ ਕਿਤੇ ਉਹਦੀ ਸ਼ਰਧਾ ਨਾ ਟੁੱਟ ਜਾਵੇ। ਔਰ ਗੁਰੂ ਪਿਆਰੇ ਉਹ ਜੋ ਇਹ ਸ਼ਰਧਾ ਟੁੱਟ ਗਈ ਤਾਂ ਉਹਨੇ ਦੁਬਾਰਾ ਨਾਮ ਨਹੀਂ ਜਪਣਾ, ਬੱਚਾ ਕੋਮਲ ਹਿਰਦਾ ਉਹਦਾ। ਅਤੇ ਗੁਰੂ ਪਿਆਰਿਓ ਅਕਾਲ ਪੁਰਖ ਅੱਗੇ ਬੇਨਤੀ ਕੀਤੀ, ਬਾਬੇ ਫਰੀਦ ਦੀ ਮਾਤਾ ਨੇ ਕਹਿੰਦੇ ਇਹ ਵਾਹਿਗੁਰੂ ਹੈ ਅੱਲਾਹ ਤਾਲਾ,